ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਰਾਣਾ ਰੀਅਲ ਇਸਟੇਟਸ ਐਂਡ ਆਰ ਵੀ ਬਿਲਡਰਸ ਯੂਟਿਊਬ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਸਸਤੇ ਘਰ, ਸੁੰਦਰ ਘਰ ਅਤੇ ਆਲੀਸ਼ਾਨ ਕੋਠੀਆਂ ਦੇਖਣ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਜੀ। ਹੁਣ ਅਸੀਂ ਕੋਠੀ ਦੇਖਣ ਲੱਗੇ ਹਾਂ ਜੋ ਕਿ ਬਹੁਤ ਹੀ ਸੁੰਦਰ ਹੈ। ਅੱਜ ਜੋ ਤੁਹਾਨੂੰ ਅਸੀਂ ਘਰ ਦਿਖਾਉਣ ਜਾ ਰਹੇ ਹਾਂ ਉਹ ਬਹੁਤ ਹੀ ਸੁੰਦਰ ਹੈ। ਤੁਸੀਂ ਦੇਖ ਸਕਦੇ ਹੋ ਕਿ ਫਰੰਟ 'ਤੇ ਟੈਕਸਚਰ ਪੇਂਟ ਕੀਤਾ ਹੋਇਆ ਹੈ, ਲਾਈਟਿੰਗ ਦਾ ਵੀ ਕੰਮ ਪੂਰਾ ਡਨ ਹੋਇਆ ਹੋਇਆ ਹੈ ਅਤੇ ਵਿੰਡੋ ਵਿੱਚ ਬਲੈਕ ਕਲਰ ਦੀ ਗਲਾਸਿਸ ਲੱਗੀਆਂ ਨੇ, ਵੁੱਡ ਦਾ ਕੰਮ ਕੀਤਾ ਹੋਇਆ ਅਤੇ ਸਟੀਲ ਦੀਆਂ ਗਲਾਸਿਸ ਲੱਗੀਆਂ ਨੇ। ਉੱਪਰ ਅਸੀਂ ਦੇਖ ਸਕਦੇ ਹਾਂ ਟੱਫਨ ਦਾ ਗਲਾਸ ਲੱਗਾ ਹੈ ਐਂਡ ਬਰਾਊਨ ਕਲਰ ਦੀਆਂ ਟਾਈਲਸ ਲੱਗੀਆਂ ਨੇ। ਕੁੱਲ ਮਿਲਾ ਕੇ ਫਰੰਟ ਐਲੀਵੇਸ਼ਨ ਬਹੁਤ ਹੀ ਸੋਹਣਾ ਲੱਗ ਰਿਹਾ ਹੈ। ਹੁਣ ਤੁਹਾਨੂੰ ਅਸੀਂ ਘਰ ਅੰਦਰੋਂ ਦਿਖਾਵਾਂਗੇ। ਜਿਵੇਂ ਕਿ ਐਂਟਰੈਂਸ 'ਤੇ ਹੀ ਅਸੀਂ ਦੇਖ ਸਕਦੇ ਹਾਂ ਕਿ ਇਹਦੇ ਵਿੱਚ ਆਇਰਨ ਦਾ ਡਿਜ਼ਾਈਨਰ ਗੇਟ ਲੱਗਾ ਹੋਇਆ ਹੈ ਜੋ ਕਿ ਬਲੈਕ ਕਲਰ ਦਾ ਬਹੁਤ ਹੀ ਸੋਹਣਾ ਲੱਗ ਰਿਹਾ ਹੈ ਅਤੇ ਹੁਣ ਅਸੀਂ ਅੰਦਰ ਜਾਂਦੇ ਹਾਂ। ਚਲੋ ਹੁਣ ਤੁਹਾਨੂੰ ਅਸੀਂ ਘਰ ਅੰਦਰੋਂ ਦਿਖਾਉਣ ਲੱਗੇ ਹਾਂ ਅਤੇ ਤੁਸੀਂ ਜਿਵੇਂ ਕਿ ਮੇਰੇ ਪਿੱਛੇ ਦੇਖ ਹੀ ਸਕਦੇ ਹੋ ਇੱਧਰ ਬਹੁਤ ਸੋਹਣੀਆਂ ਵਿੰਡੋਜ਼ ਲੱਗੀਆਂ ਹੋਈਆਂ ਨੇ ਅਤੇ ਇੱਧਰ ਅਪਸਟੇਅਰਸ ਨੇ ਜਿਹਦੇ ਵਿੱਚ ਪੂਰਾ ਐਂਡ ਟੂ ਐਂਡ ਟਾਈਲਸ ਦਾ ਵਰਕ ਕੀਤਾ ਗਿਆ ਹੈ ਅਤੇ ਇਹ ਇੱਕ ਐਂਟਰੈਂਸ ਮੇਨ ਗੇਟ ਹੈ ਜਿਹਦੇ ਵਿੱਚ ਜਿਹਦੇ ਤੋਂ ਅਸੀਂ ਅੰਦਰ ਜਾਵਾਂਗੇ। ਇਹਦੇ ਵਿੱਚ ਵੀ ਗਲਾਸ ਦਾ ਕੰਮ ਕੀਤਾ ਹੋਇਆ, ਵੁਡਨ ਦਾ ਵਰਕ ਕੀਤਾ ਹੋਇਆ ਹੈ ਅਤੇ ਇਹਦੇ ਵਿੱਚ ਵੀ ਨੈੱਟ ਲੱਗੀਆਂ ਹੋਈਆਂ ਨੇ ਜੋ ਕਿ ਬਹੁਤ ਹੀ ਚੰਗੀਆਂ ਨੇ। ਕੁਝ ਗਰੀਬ ਪਰਿਵਾਰ ਸਾਡੇ ਤੋਂ 4 ਤੋਂ 10 ਲੱਖ ਦੇ ਮਕਾਨ ਮੰਗਦੇ ਨੇ, ਅਸੀਂ ਉਹਨਾਂ ਲਈ ਵੀ ਪ੍ਰੋਪਰਟੀਜ਼ ਅਵੇਲੇਬਲ ਕਰਵਾਉਂਦੇ ਹਾਂ ਲੁਧਿਆਣਾ ਸਿਟੀ ਵਿੱਚ। ਜੇ ਤੁਸੀਂ ਕੋਈ ਕਿਸੇ ਤਰ੍ਹਾਂ ਦਾ ਵੀ ਮਕਾਨ ਖਰੀਦਣਾ ਜਾਂ ਵੇਚਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਹੁਣ ਤੁਹਾਨੂੰ ਅਸੀਂ ਅੰਦਰੋਂ ਘਰ ਦਿਖਾਉਣ ਲੱਗੇ ਹਾਂ। ਲਓ ਜੀ, ਹੁਣ ਅਸੀਂ ਲੌਬੀ ਵਿੱਚ ਆ ਗਏ ਹਾਂ। ਮਾਲਕਾਂ ਨੇ ਇਹ ਘਰ ਬੜੇ ਹੀ ਰੂਹ ਅਤੇ ਬੜੇ ਪਿਆਰ ਨਾਲ ਬਣਾਇਆ ਹੈ ਅਤੇ ਇਸ ਘਰ ਵਿੱਚ ਕੋਈ ਵੀ ਕਮੀ ਪੇਸ਼ੀ ਨਹੀਂ ਛੱਡੀ ਹੈ। ਹੁਣ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਨੀਚੇ ਦੇਖ ਸਕਦੇ ਹੋ ਕ੍ਰੀਮ ਕਲਰ ਦੀਆਂ ਟਾਈਲਸ ਲੱਗੀਆਂ ਨੇ ਅਤੇ ਉੱਪਰ ਵੀ ਡਾਊਨ ਸੀਲਿੰਗ ਦਾ ਕੰਮ ਕੀਤਾ ਗਿਆ ਹੈ ਐਂਡ ਮੇਰੇ ਪਿੱਛੇ ਬਹੁਤ ਹੀ ਸੋਹਣਾ ਫਲਾਵਰ ਦਾ ਵਾਲਪੇਪਰ ਲਗਾਇਆ ਗਿਆ ਹੈ ਜੋ ਕਿ ਬਹੁਤ ਹੀ ਦੇਖਣ ਵਿੱਚ ਸੋਹਣਾ ਲੱਗ ਰਿਹਾ ਹੈ। ਹੁਣ ਅਸੀਂ ਰਾਈਟ ਸਾਈਡ 'ਤੇ ਦੇਖ ਸਕਦੇ ਹਾਂ ਕਿ 2 ਰੂਮਸ ਨੇ ਜੋ ਕਿ ਬਹੁਤ ਹੀ ਸਪੇਸ਼ੀਅਸ ਨੇ ਐਂਡ ਲੈਫਟ ਸਾਈਡ 'ਤੇ ਮੇਰੇ ਬਾਥਰੂਮ ਹੈ ਐਂਡ ਓਪਨ ਕਿਚਨ ਹੈਗਾ ਵਾ, ਤੁਸੀਂ ਦੇਖ ਸਕਦੇ ਹੋ। ਹੁਣ ਅਸੀਂ ਦੇਖ ਸਕਦੇ ਹਾਂ ਕਿ ਕਿਚਨ ਦੀ ਐਂਟਰੈਂਸ ਦੇ ਨਾਲ ਹੀ ਸਾਨੂੰ ਇੱਕ ਟੀਵੀ ਦਾ ਪੈਨਲ ਮਿਲ ਜਾਂਦਾ ਹੈ ਜੋ ਕਿ ਅਸੀਂ ਸੋਫਾ ਵਗੈਰਾ ਇੱਧਰ ਸੈੱਟ ਕਰਕੇ ਅਸੀਂ ਟੀਵੀ ਵਗੈਰਾ ਦੇਖ ਸਕਦੇ ਹਾਂ ਅਤੇ ਨਾਲ ਹੀ ਹੁਣ ਇਹ ਓਪਨ ਕਿਚਨ ਹੈ ਜਿਹਦੇ ਵਿੱਚ ਬਲੈਕ ਮਾਰਬਲ ਦੀਆਂ ਸਲੈਬਸ ਲੱਗੀਆਂ ਨੇ, ਸੋਫਟ ਕਲੋਜ਼ਰ ਡੋਰਸ ਨੇ ਐਂਡ ਜਿਹਦੇ ਵਿੱਚ ਡਾਊਨ ਸੀਲਿੰਗ ਵੀ ਕੀਤੀ ਗਈ ਹੈ। ਪੂਰੇ ਘਰ ਵਿੱਚ ਡਾਊਨ ਸੀਲਿੰਗ ਦਾ ਸੈਨੇਟਰੀ ਦਾ ਵਰਕ ਕੀਤਾ ਗਿਆ ਹੈ, ਫੁੱਲੀ ਫਰਨਿਸ਼ਡ ਹੈ, ਇਹ ਫੁੱਲੀ ਕੰਪਲੀਟ ਕੀਤਾ ਗਿਆ ਹੈ ਇਹਨੂੰ। ਹੁਣ ਤੁਸੀਂ ਦੇਖ ਸਕਦੇ ਹੋ ਇਹ ਵੁਡਨ ਦੀਆਂ ਡੋਰਸ ਲੱਗੀਆਂ ਹੋਈਆਂ ਨੇ ਅਤੇ ਮੇਰੇ ਬਿਲਕੁਲ ਹੀ ਬੈਕ ਸਾਈਡ 'ਤੇ ਵਿੰਡੋ ਹੈ ਜਿਹਦੇ ਵਿੱਚ ਸਟੀਲ ਦੀਆਂ ਗ੍ਰਿਲ ਲੱਗੀਆਂ ਹੋਈਆਂ ਨੇ, ਬਲੈਕ ਗਲਾਸਿਸ ਲੱਗੀਆਂ ਨੇ ਅਤੇ ਵੁਡਨ ਦਾ ਵੀ ਪੂਰਾ ਕੰਮ ਕੀਤਾ ਹੋਇਆ ਹੈ ਅਤੇ ਹੁਣ ਅਸੀਂ ਤੁਹਾਨੂੰ ਵਾਸ਼ਰੂਮ ਵੱਲ ਲੈ ਕੇ ਚੱਲਦੇ ਹਾਂ। ਹੁਣ ਅਸੀਂ ਵਾਸ਼ਰੂਮ ਵੱਲ ਜਾ ਰਹੇ ਹਾਂ। ਵਾਸ਼ਰੂਮ 'ਚ ਤੁਸੀਂ ਦੇਖ ਸਕਦੇ ਹੋ ਕਿ ਇਹਦੇ ਵਿੱਚ ਕ੍ਰੀਮ ਕਲਰ ਦੀਆਂ ਟਾਈਲਸ ਲੱਗੀਆਂ ਨੇ, ਇੱਧਰ ਡਾਰਕ ਬਰਾਊਨ ਕਲਰ ਦੀਆਂ ਟਾਈਲਸ ਲੱਗੀਆਂ ਨੇ, ਪੂਰੇ ਐਂਡ ਟੂ ਐਂਡ ਤੱਕ ਟਾਈਲਸ ਨੇ ਐਂਡ ਸ਼ਾਵਰ ਵੀ ਲੱਗਾ ਹੋਇਆ ਹੈ ਐਂਡ ਟੈਪਸ ਦਾ ਵੀ ਕੰਮ ਕੀਤਾ ਹੋਇਆ ਹੈ। ਇੱਧਰ ਬਹੁਤ ਹੀ ਵਧੀਆ ਸ਼ੈਂਕ ਵੀ ਲੱਗਾ ਹੋਇਆ ਹੈ। ਇਸ ਤੋਂ ਬਾਅਦ ਅਸੀਂ ਦੇਖ ਸਕਦੇ ਹਾਂ ਕਿ ਇੱਧਰ ਇੰਗਲਿਸ਼ ਸੀਟ ਲੱਗੀ ਹੋਈ ਹੈ। ਵਾਸ਼ਰੂਮ ਦਾ ਟੋਟਲ ਕੰਮ ਕੀਤਾ ਹੋਇਆ, ਸੈਨੀਟਰੀ ਦਾ ਵਰਕ, ਟਾਈਲਸ ਦਾ ਵਰਕ, ਸਾਰਾ ਕੁਝ ਕੀਤਾ ਹੋਇਆ ਹੈ। ਹੁਣ ਅਸੀਂ ਤੁਹਾਨੂੰ ਬੈਡਰੂਮ ਵੱਲ ਲੈ ਕੇ ਚੱਲਦੇ ਹਾਂ। ਹੁਣ ਅਸੀਂ ਬੈਡਰੂਮ 'ਚ ਆ ਚੁੱਕੇ ਹਾਂ। ਬੈਡਰੂਮ 'ਚ ਅਸੀਂ ਦੇਖ ਸਕਦੇ ਹਾਂ ਕਿ ਬਹੁਤ ਹੀ ਸੋਹਣਾ ਵਾਲਪੇਪਰ ਲੱਗਿਆ ਹੋਇਆ, ਟ੍ਰੀਜ਼, ਗ੍ਰੀਨਰੀ ਹੈ ਬਹੁਤ ਵਧੀਆ ਐਂਡ
ਇਹਦੇ ਵਿੱਚ ਅਸੀਂ ਬੈੱਡ ਲਗਾ ਸਕਦੇ ਹਾਂ ਐਂਡ ਅਲਮੀਰਾ ਵੀ ਲਗਾ ਸਕਦੇ ਹਾਂ, ਅਤੇ ਉੱਪਰ ਡਾਊਨ ਸੀਲਿੰਗ ਦਾ ਵੀ ਬਹੁਤ ਵਧੀਆ ਕੰਮ ਕੀਤਾ ਹੋਇਆ ਐਂਡ ਲਾਈਟਿੰਗਸ ਵੀ ਬਹੁਤ ਸੋਹਣੀਆਂ ਨੇ। ਅਤੇ ਹੁਣ ਅਸੀਂ ਸੈਕਿੰਡ ਬੈੱਡਰੂਮ ਵੱਲ ਚੱਲਦੇ ਹਾਂ। ਸੈਕਿੰਡ ਬੈੱਡਰੂਮ ਵੀ ਸੇਮ ਐਜ਼ ਫਸਟ ਬੈੱਡਰੂਮ ਵਰਗਾ ਹੀ ਹੈ। ਇਹਦੇ ਵਿੱਚ ਵੁਡਨ ਦਾ ਦਰਵਾਜ਼ਾ ਲੱਗਿਆ ਹੋਇਆ ਹੈ ਐਂਡ ਇਹਦੇ ਵਿੱਚ ਵੀ ਬਹੁਤ ਹੀ ਸੋਹਣਾ ਵਾਲਪੇਪਰ ਲੱਗਿਆ ਹੋਇਆ ਬਲੈਕ ਐਂਡ ਵਾਈਟ ਕਲਰ ਦਾ। ਐਂਡ ਇਸ ਰੂਮ ਵਿੱਚ ਵੀ ਡਾਊਨ ਸੀਲਿੰਗ ਦਾ ਕੰਮ ਕੀਤਾ ਹੋਇਆ ਹੈ ਜੋ ਕਿ ਬਹੁਤ ਹੀ ਸੋਹਣਾ ਲੱਗ ਰਿਹਾ। ਡਾਊਨ ਸੀਲਿੰਗ ਦੀ ਲਾਈਟਸ ਵੀ ਲੱਗੀਆਂ ਹੋਈਆਂ ਨੇ ਜੋ ਕਿ ਬਹੁਤ ਹੀ ਵਧੀਆ ਲੱਗ ਰਹੀਆਂ ਨੇ। ਹੁਣ ਅਸੀਂ ਗਰਾਊਂਡ ਫਲੋਰ ਦੇਖ ਚੁੱਕੇ ਹਾਂ, ਹੁਣ ਅਸੀਂ ਤੁਹਾਨੂੰ ਫਸਟ ਫਲੋਰ 'ਤੇ ਲੈ ਕੇ ਜਾਵਾਂਗੇ। ਅਤੇ ਜੇ ਤੁਹਾਨੂੰ ਸਸਤੇ ਅਤੇ ਸੁੰਦਰ ਮਕਾਨ ਚਾਹੀਦੇ ਹਨ ਤਾਂ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ। 4 ਤੋਂ 10 ਲੱਖ ਦੇ ਅੰਦਰ ਜੇ ਤੁਸੀਂ ਘਰ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਐਂਡ ਬੈੱਲ ਆਈਕਨ ਵੀ ਪ੍ਰੈਸ ਕਰ ਦਿਓ ਤਾਂ ਕਿ ਸਾਡੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲੇ। ਹੁਣ ਅਸੀਂ ਅਪਸਟੇਅਰ ਤੋਂ ਫਸਟ ਫਲੋਰ ਵੱਲ ਜਾਵਾਂਗੇ। ਹੁਣ ਅਸੀਂ ਅਪਸਟੇਅਰ ਵੱਲ ਜਾਣ ਲੱਗੇ ਹਾਂ। ਹੁਣ ਤੁਸੀਂ ਦੇਖ ਸਕਦੇ ਹੋ ਇੱਧਰ ਬਹੁਤ ਹੀ ਸੁੰਦਰ ਸਟੀਲ ਦੀਆਂ ਰੇਲਿੰਗਸ ਲੱਗੀਆਂ ਨੇ ਅਤੇ ਬਲੈਕ ਕਲਰ ਦੀਆਂ ਟਾਈਲਸ ਲੱਗੀਆਂ ਨੇ। ਹੁਣ ਉੱਪਰ ਜੋ ਕੁਝ ਵੀ ਬਣਿਆ ਅਸੀਂ ਤੁਹਾਨੂੰ ਦਿਖਾਵਾਂਗੇ। ਮਾਲਕਾਂ ਨੇ ਇਹ ਘਰ ਬਹੁਤ ਹੀ ਸੁੰਦਰ ਬਣਾਇਆ ਹੋਇਆ ਹੈ। ਜੇ ਤੁਸੀਂ ਇੱਦਾਂ ਦੇ ਸਸਤੇ ਮਕਾਨ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਅਤੇ ਕਿਸੇ ਵੀ ਤਰੀਕੇ ਦੇ ਮਕਾਨ ਖਰੀਦਣ ਜਾਂ ਵੇਚਣ ਲਈ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ। ਸਾਡਾ ਵਟਸਐਪ ਨੰਬਰ, ਡਿਟੇਲਸ ਸਾਡੇ ਡਿਸਕ੍ਰਿਪਸ਼ਨ ਬਾਕਸ 'ਚ ਹੋਣਗੀਆਂ। ਹੁਣ ਅਸੀਂ ਤੁਹਾਨੂੰ ਟੈਰਿਸ ਵੱਲ ਲੈ ਕੇ ਚੱਲਦੇ ਹਾਂ। ਟੈਰਿਸ 'ਚ ਤੁਸੀਂ ਦੇਖ ਸਕਦੇ ਹੋ ਕਿ ਕ੍ਰੀਮ ਐਂਡ ਬਰਾਊਨ ਕਲਰ ਦੀਆਂ ਟਾਈਲਸ ਲੱਗੀਆਂ ਹੋਈਆਂ ਨੇ। ਅਤੇ ਤੁਸੀਂ ਇਸ ਇਲਾਕੇ ਦੀ ਆਬਾਦੀ ਨੂੰ ਵੀ ਦੇਖ ਸਕਦੇ ਹੋ, ਬਹੁਤ ਹੀ ਪੋਪੂਲੇਟਿਡ ਏਰੀਆ ਹੈ। ਹੁਣ ਅਸੀਂ ਤੁਹਾਨੂੰ ਰੂਮ ਵੱਲ ਲੈ ਕੇ ਚੱਲਦੇ ਹਾਂ। ਇਹਦੇ ਨਾਲ ਹੀ ਇੱਕ ਰੂਮ ਹੈ। ਰੂਮ ਵਿੱਚ ਵੀ ਸ਼ੈਡੋ ਕਲਰ ਦੀਆਂ ਟਾਈਲਸ ਲੱਗੀਆਂ ਨੇ ਐਂਡ ਵੁੱਡ ਦਾ ਡੋਰ ਲੱਗਿਆ ਹੋਇਆ ਹੈ। ਇੱਧਰ ਸਟੀਲ ਦੀਆਂ ਗ੍ਰਿਲ ਲੱਗੀਆਂ ਹੋਈਆਂ ਨੇ, ਬਲੈਕ ਕਲਰ ਦੀਆਂ ਗਲਾਸਿਸ ਲੱਗੀਆਂ ਨੇ ਐਂਡ ਵੁੱਡ ਦਾ ਵੀ ਕੰਮ ਕੀਤਾ ਹੋਇਆ ਹੈ। ਬਹੁਤ ਹੀ ਸੁੰਦਰ ਰੂਮ ਹੈ। ਹੁਣ ਤੁਸੀਂ ਸਾਰਾ ਘਰ ਦੇਖ ਲਿਆ ਹੈ ਜੋ ਕਿ ਬਹੁਤ ਹੀ ਸੁੰਦਰ ਹੈ। ਮਾਲਕਾਂ ਨੇ ਇਸ ਘਰ ਵਿੱਚ ਬਹੁਤ ਪੈਸਾ ਲਗਾਇਆ ਹੋਇਆ ਹੈ। ਜੇ ਤੁਸੀਂ ਇੱਦਾਂ ਦੇ ਹੀ ਸੁੰਦਰ ਮਕਾਨ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਬੈੱਲ ਆਈਕਨ ਵੀ ਪ੍ਰੈਸ ਕਰ ਦਿਓ ਤਾਂ ਕਿ ਸਾਡੇ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਡੇ ਕੋਲ ਸਭ ਤੋਂ ਪਹਿਲਾਂ ਜਾਵੇ। ਐਂਡ ਥੈਂਕਸ ਫੋਰ ਵਾਚਿੰਗ।